अस्सलाम वालेकुम व्यूअर्स, मैं हूं अकीम अहमद, तो तुम देख रहे हो मुरीद के स्पोर्ट्स टीवी। आज मैं मौजूद हूं मान ऑफ मुरीद के च, जिहड़ा कि मुरीद के दा सब तो पुराना जिम है, जिहड़ा पहले मुजाहद होटल दे कोल हुंदा सी ते हुण शिफ्ट हो चुके हैं मान ऑफ मुरीद के। ते अज साडे नाल मौजूद ने माशाल्लाह साडे मुरीद के दे फखर भी ने आजम साहब, ते जिहड़े फिटनेस दे वाले नाल गलबात कर रहे हैं। अस्सलाम वालेकुम आजम भाई, क्या हाल है? अल्हम्दुलिल्लाह। अच्छा आजम भाई, माशाल्लाह तुसे ते मुरीद के जे करसे तो काम कर रहे हो जिम दे वाले नाल, थोड़ा जिहा मैं असी चाहने कि तुसी अपना इंट्रोडक्शन लोकां नूं कराओ कि तुसी ये जिम नूं कदों तों चला रहे हो ते एक्सपीरियंस तुहाडा कैसा सी? असल मैं स्पोर्ट्स चैन होया 1983 च। जी बिल्कुल, बकायदा मैं प्रोफेशनल गेम शुरू की 1986 4 मार्च 1986 मैं पंजाब चैंपियन हाँ। सही, पंजाब ओलंपिक्स उस बाद फिर 87 मैं जूनियर नैशनल आया, 88 मैं नैशनल चैंपियन आया, 89 फिर मैं नैशनल आया कोयटा गेम बोल रहे 89 सही फिर चली, और फिर 90 मैं तुर्की गया, उतों 3 सालों में जित गया। 89 मैं वाडा ही भर्ती हाँ स्पोर्ट्स बेस सही, तकरीबन 27 साल में सर्विस की वाडा मैं गोल्ड सिल्वर गोल्ड सिल्वर सारे तकरीबन अजम भी मुरीद के ही तड़ा जी मुरीद के सब तो पुराना 96 ਤੇ ਬੇਸ਼ੁਮਾਰ ਮੇਰੇ ਖਿਆਲ ਨਾਲ ਮੈਂ ਕਾਫੀ ਜ਼ਿਆਦਾ ਤੁਹਾਡੇ ਸਟੂਡੈਂਟਸ ਨੇ ਮੁਰੀਦ ਕੇ ਚ ਤੱਕ ਵੀ ਲੜਕੇ ਮੇਰਾ ਡਿਸਟ੍ਰਿਕਟ ਡਿਵੀਜ਼ਨ ਪੰਜਾਬ ਨੈਸ਼ਨਲ ਸਹੀ ਬਾਬਲਾ ਜੀ ਗਏ ਸਹੀ ਮੁਸਲਮ ਮੈਂ ਆਪਣੇ ਜਿਵੇਂ ਲੜਕੇ ਹੁਣ ਮਾਸ਼ਾਅੱਲਾ ਤੁਹਾਡਾ ਆਪਣਾ ਬੇਟਾ ਹੀ ਐਸ ਜਿਮ ਨੂੰ ਜੂਨੀਅਰ ਨੈਸ਼ਨਲ ਹੋਇਆ ਬੈਨਸ ਬਾਈ ਗੋਲਡ ਜੂਨੀਅਰ ਨੈਸ਼ਨਲ ਹੋਇਆ ਔਰ ਗੇਮ ਬੇਸ ਹੀ ਉਹ ਆਪਣਾ ਕਰਕੇ ਅਜ਼ਮ ਭਾਈ ਥੋੜਾ ਜਿਹਾ ਬੇਸਿਕਲੀ ਅਸੀਂ ਇਹਦਾ ਮਕਸਦ ਸਾਡਾ ਇਹ ਵੀ ਸੀ ਕਿ ਅਸੀਂ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਤੁਹਾਨੂੰ ਪਤਾ ਬੜੇ ਸ਼ਾਰਟ ਟਰਮ 'ਚ ਆਪਣੇ ਆਪ ਨੂੰ ਗਰੂਮ ਕਰਨਾ ਚਾਹੁੰਦੇ ਨੇ, ਸ਼ਾਰਟਕਟ ਦੇ ਨਹੀਂ ਹੈਗਾ, ਸਟੀਰੋਇਡ ਵਗੈਰਾ ਯੂਜ਼ ਕਰਦੇ ਨੇ, ਇਹਦੇ ਵਾਲੇ ਨੂੰ ਥੋੜ੍ਹਾ ਬੱਚਿਆਂ ਨੂੰ ਸ਼ਾਰਟਕਟ ਨਹੀਂ ਆ, ਇਹ ਸਾਰੀ ਜ਼ਿੰਦਗੀ ਦਾ ਕੰਮ ਹੈ, ਫਿਟਨੈਸ ਜਿਹੜੀ ਨਾ ਸਾਰੀ ਜ਼ਿੰਦਗੀ ਦਾ ਕੰਮ ਹੈ। ਸਹੀ, ਅਤੇ ਜਿਹੜੇ ਸ਼ਾਰਟਕਟ ਪੀਂਦੇ ਸ਼ਾਰਟਕਟ ਹੀ ਜਾਂਦੇ ਨੇ, ਬਿਲਕੁਲ, ਕਿਉਂਕਿ ਅਸੀਂ ਹਮੇਸ਼ਾ ਨੇਚਰ ਨੂੰ ਪ੍ਰੈਫਰੈਂਸ ਦਿੱਤੀ ਹੈ। ਅਤੇ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਟੀਰੋਇਡ ਯੂਜ਼ ਕਰਦੇ ਨੇ? ਰਹਿਣਾ ਆਪਣੀ ਜ਼ਿੰਦਗੀ ਨੂੰ ਖੇਡਣ ਦਾ ਕੰਮ ਹੈ। ਸਹੀ, ਅਸੀਂ ਤਾਂ ਡਿਸਕਰਜ ਕਰੀ ਡਿਸਕਰਜ ਕਰੀ ਕੀਤਾ ਮੈਂ, ਇਹ ਸਾਡੇ ਨਾ ਕਿਸੇ ਕਿਸੇ ਨੂੰ ਮੈਡੀਸਨ ਹੁੰਦੀ ਹੈ ਨਾ ਤੁਹਾਨੂੰ ਕੋਈ ਇੱਥੇ ਨਜ਼ਰ ਆਏਗਾ ਇਹੋ ਜਿਹਾ ਕੋਈ ਸਪਲੀਮੈਂਟ ਨਾ ਕੋਈ ਅਜਿਹੀ ਚੀਜ਼ਾਂ ਜਾਂ ਦੋ ਨੰਬਰੀ ਕੰਮ ਕਰਦੇ। ਸਹੀ, ਨਿਊਟ੍ਰੀਸ਼ਨ ਅਸੀਂ ਖੁਦ ਲਿਆ ਗਏ, ਮਜ਼ਾਜ ਨਾਲ ਅਸੀਂ ਖੁਦ ਕਰ ਲਈ ਦੀ, ਬੰਦਿਆਂ ਨੂੰ ਦੱਸੀ ਦਾ ਖੁਦ ਹਰ ਬੰਦੇ ਮਜ਼ਾਜ ਮੁਤਾਬਕ ਉਹਨੂੰ ਨਿਊਟ੍ਰੀਸ਼ਨ ਉਸ ਹਿਸਾਬ ਦੀ ਕਿ ਸਪਲੀਮੈਂਟ ਦੀ ਜ਼ਰੂਰਤ ਹੁੰਦੀ ਹੈ, ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਪ੍ਰੋਟੀਨ ਅਸੀਂ ਖੁਦ ਖੁਦ ਦਾਵਾਂ ਜੇ ਨਹੀਂ ਦੱਸ ਦਈਏ ਤਾਂ ਬੰਦਾ ਉਹ ਨੀਡ ਇਹ ਆਰਟੀਫਿਸ਼ਲ ਚੀਜ਼ਾਂ ਲੈਣ ਦੀ ਜ਼ਰੂਰਤ ਹੀ ਨਹੀਂ। ਅੱਛਾ ਆਜ਼ਮ ਭਾਈ, ਇੱਕ ਸਵਾਲ ਤੁਹਾਡੇ ਨਾਲ ਇਹ ਵੇ ਕਿ ਇੱਕ ਟਾਈਮ ਸੀ ਪਹਿਲੇ ਮੁਰੀਦ ਦੇ ਵਿੱਚ ਮੋਸਟਲੀ ਲੋਕਾਂ ਦਾ ਇਤਰਾਜ਼ ਆਉਂਦਾ ਸੀ ਕਿ ਜਿਮ ਦੇ ਇਨਵਾਇਰਮੈਂਟ ਐਡਾ ਅੱਛਾ ਨਹੀਂ ਹੈ, ਲੇਕਿਨ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਜਿਮ ਜਿਹੜੇ ਨੇ ਆਪਣੇ ਆਪ ਨੂੰ ਡਿਵੈਲਪ ਕਰ ਰਹੇ ਨੇ, ਬਕਲ ਬਕਲ ਨਾਲ ਨਾਲ ਤਬਦੀਲੀਆਂ ਆ ਰਹੀਆਂ ਨੇ, ਲੋਕ ਲੋਕਾਂ ਨੂੰ ਅਵੇਅਰਨੈਸ ਹੋ ਰਹੀ ਹੈ, ਸੋਸ਼ਲ ਮੀਡੀਆ ਨੇ ਬੜਾ ਲੋਕਾਂ ਨੂੰ ਡਿਵੈਲਪ ਕੀਤਾ, ਇਹਨਾਂ ਨਾਲ ਹੀ ਦਿੱਤਾ ਲੋਕਾਂ ਨੂੰ, ਲੋਕ ਪਤਾ ਚੱਲ ਰਿਹਾ ਕੋਈ ਜ਼ਿਆਦਾ ਇਸ ਤਰ੍ਹਾਂ ਸ਼ੁਰੂ ਹੋ ਰਿਹਾ, ਪਹਿਲਾਂ ਲੋਕਾਂ ਨੇ ਸਪੋਰਟਸ ਰੁਝਾਨ ਹੈ ਸੀ ਲੇਕਿਨ ਥੋੜ੍ਹਾ ਬਹੁਤ ਘੱਟ, ਲੇਕਿਨ ਮੇਰੇ ਹਿਸਾਬ ਨਾਲ ਅਜੇ ਵੀ ਬਹੁਤ ਘੱਟ ਰੁਝਾਨ ਹੈ, ਕਿਉਂਕਿ ਤਕਰੀਬਨ ਜਿੰਨੀ ਆਬਾਦੀ ਹੈ ਨਾ ਉਹਦੇ ਮੁਤਾਬਕ 1% ਲੋਕ ਗੇਮ ਨਹੀਂ ਕਰਦੇ, ਜਿਹੜੇ ਕਿਸੇ ਵੀ ਸਿਹਤਮੰਦ ਐਕਟੀਵਿਟੀ ਦੀ ਹਿੱਸਾ ਨਹੀਂ ਲੈ ਰਹੇ 1%, ਜਿਵੇਂ ਕਿ ਅਗਰ 1 ਲੱਖ ਆਦਮੀ ਹੈ ਕੰਮ 1000 ਮੈਂ ਗੇਮ ਕਰਨਾ ਚਾਹੀਦਾ, ਅਤੇ ਜਿੰਨੀਆਂ ਸਾਡੇ ਜਿੰਮ ਹੈਗੀਆਂ ਨੇ ਫਿਰ ਵੀ ਬਹੁਤ ਘੱਟ ਨੇ ਇਸ ਹਿਸਾਬ ਨਾਲ ਅਤੇ ਜਿੰਨੇ ਲੋਕਾਂ ਨੂੰ ਆਉਣਾ ਚਾਹੀਦਾ, ਅਤੇ ਇਹਦੀ ਵਜ੍ਹਾ ਤੋਂ ਭੈੜੇ ਤੋਂ ਭੈੜੇ ਹਸਪਤਾਲ ਤੁਸੀਂ ਚਲੇ ਜਾਓ ਅਤੇ ਲੋਕਾਂ ਡਾਕਟਰ ਕੋਲ ਟਾਈਮ ਲੈਣਾ ਪੈਂਦਾ, ਜਿਹੜੇ ਸਪੋਰਟਸ ਦੇ ਐਕਟੀਵਿਟੀਜ਼ ਨੇ ਜਿਹੜੀ ਗਰਾਊਂਡਸ ਵਗੈਰਾ ਲਗਾ ਲਓ ਅਤੇ ਜਿੰਮ ਵਗੈਰਾ ਲਗਾ ਲਓ, ਕੋਈ ਅਖਾੜੇ ਲਾ ਲਓ, ਈਵਨ ਕਿ ਪੱਗ ਡੰਡੀਆਂ ਲਗਾ ਲਓ ਜਿੱਥੇ ਲੋਕ ਵਾਕ ਕਰਦੇ ਨੇ ਸੈਰ ਕਰਦੇ, ਕਿਸੇ ਜਗ੍ਹਾ ਜਾ ਲਓ, ਇੰਨਾ ਰਸ਼ ਨਹੀਂ ਹੈ, ਲੋਕਾਂ ਦਾ ਸਿਹਤਮੰਦ ਐਕਟੀਵਿਟੀ ਨਹੀਂ, ਇਹਦੀ ਵਜ੍ਹਾ ਕਿ ਡਾਕਟਰ ਨੂੰ ਟਾਈਮ ਦੇਣਾ ਪੈਂਦਾ, ਇਹ ਲੋਕ ਸਪੋਰਟਸ ਐਕਟੀਵਿਟੀਜ਼ ਨਾਲ ਅਟੈਚ ਨਹੀਂ ਹੈਗੇ, ਅਟੈਚ ਨਹੀਂ ਹੈਗਾ, ਰੁਝਾਨ ਨਹੀਂ ਲੋਕਾਂ ਦਾ, ਅਗਰ ਇਸ ਤਰ੍ਹਾਂ ਦੇ ਤਾਂ ਫਿਰ ਇਮਿਊਨਿਟੀ ਬਣੇਗੀ, ਇਮਿਊਨਿਟੀ ਬਣੇਗੀ ਤਾਂ ਡਾਕਟਰਾਂ ਕੋਲ ਬਚਣਾ ਹੈ। ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਕਿ ਮੋਸਟਲੀ ਮੈਂ ਬੜਾ ਸੁਣਿਆ ਯਾਰ ਤਾਂ ਇਸ ਉਮਰ ਦੇ ਬੱਚੇ ਨੂੰ ਗੇਮ ਨਹੀਂ ਕਰਨੀ ਚਾਹੀਦੀ, ਸਭ ਇਹਦੇ ਵਾਲੇ ਨਾ ਜ਼ਰਾ ਥੋੜ੍ਹਾ ਜਿਹਾ ਮੈਂ ਜਾਣਾ ਲੋਕਾਂ ਨੂੰ ਦੱਸੋ ਕਿਸ ਏਜ ਤੋਂ ਗੇਮ ਸਟਾਰਟ ਕਰ ਲੈਣੀ ਚਾਹੀਦੀ ਅਤੇ ਕਿਹੜੀ ਏਜ ਤੱਕ ਕਰ ਸਕਦਾ? ਇਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਇਲਮ ਹਾਸਲ ਕਰੋ ਮਾਂ ਦੀ ਗੋਦ ਤੋਂ ਲੈ ਕੇ ਕਬਰ ਦੀ ਕੰਨਾਂ ਤੱਕ, ਸੇਵੇਂ ਹੀ ਪੁਜੀਸ਼ਨ ਆ ਗਈ, ਸਹੀ ਬੱਚੇ 2-4 ਸਾਲ ਤੱਕ ਦਾ ਵੀ ਬੱਚਾ ਗੇਮ ਕਰ ਸਕਦਾ, ਲੇਕਿਨ ਉਹਦੇ ਮੁਤਾਬਕ ਹੁੰਦਾ, ਇਹਦੇ 'ਚ ਕਿਸੇ ਹਾਈਟ ਦੇ ਨਾਲ ਖਿੱਚਣ ਨਾਲ ਕੱਦ ਲੰਬਾ ਹੁੰਦਾ ਨਾਲ ਦਬਾਅ ਨਾਲ ਕੱਦ ਛੋਟਾ ਹੁੰਦਾ, ਇਹ ਬਿਲਕੁਲ ਲੋਕਾਂ ਦਾ ਇਹਨਾਂ ਸੋਚ ਗਲਤ ਹੈ, ਬਿਲਕੁਲ ਯਾਨੀ ਕਿ
ਇਹਨਾਂ ਨੂੰ ਚਾਹੀਦਾ, ਲੋਕਾਂ ਨੂੰ ਚਾਹੀਦਾ, ਅੱਜ ਕੱਲ੍ਹ ਦੇ ਬੱਚਿਆਂ ਨੂੰ ਚਾਹੀਦਾ ਕਿ ਅਤਾਈਆਂ ਤੋਂ ਬਚਣ, ਅਤਾਈਆਂ ਨੂੰ ਬਚਣ, ਨਾਲੇ ਨਹੀਂ ਨਾ ਇਲਮ ਹੀ ਪਤਾ ਨਹੀਂ ਸਹੀ ਤੇ ਕੱਦ ਦਾ ਤਲਕ ਹੁੰਦਾ ਥਾਈਰਾਇਡ ਗਲੈਂਡਸ ਨਾਲ, ਝੂਟਰੀ ਗਲੈਂਡ ਨਾਲ ਸਹੀ, ਤੇ ਅਗਰ ਉਹਨਾਂ ਦੀ ਹਾਰਮੋਨਿਕ ਸਿਸਟਮ ਡਿਸਟਰਬ ਹੋਇਆ ਤੇ ਹਾਈਟ ਰੁਕ ਜਾਏਗੀ, ਲੇਕਿਨ ਗੇਮ ਕਰਨ ਤਮਾਮ ਹਾਰਮੋਨਸ ਜਿਹੜਾ ਡਿਵੈਲਪ ਹੁੰਦੇ ਨੇ ਸਾਰੇ ਜੋ ਇਨਜ਼ਾਈਮ ਨੇ ਉਹ ਬਿਹਤਰ ਹੁੰਦੇ ਨੇ ਬੰਦੇ ਦੇ, ਤੇ ਉਹ ਬਿਹਤਰ ਹੁੰਦੇ ਤੇ ਜੋ ਬਿਮਾਰੀਆਂ ਵੀ ਹੁੰਦੀਆਂ ਉਹ ਵੀ ਖਤਮ ਹੁੰਦੀਆਂ, ਕੋਰ ਮੁਦਾਫਿਅਤ ਬਣੇਗੀ, ਇਮਿਊਨਿਟੀ ਬਣੇਗੀ ਤੇ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ। ਜਿਸ ਤਰ੍ਹਾਂ ਅੱਜ ਕੱਲ੍ਹ ਮੁਖਤਲਿਫ ਕਿਸਮ ਦੇ ਵਾਇਰਸ ਨੇ, ਜਿਸ ਤਰ੍ਹਾਂ ਕਰੋਨਾ ਆਇਆ ਸੀ ਜਾਂ ਦੂਸਰੇ ਮਾਮਲਾ ਹੁੰਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਮਿਊਨਿਟੀ ਦੀ ਕਮੀ ਦੀ ਵਜ੍ਹਾ ਤੋਂ ਲੋਕ ਹੁੰਦੇ, ਜਿਨ੍ਹਾਂ ਨੂੰ ਇਮਿਊਨਿਟੀ ਹੁੰਦੀ ਹੈ ਉਹ ਲੋਕਾਂ ਨੂੰ ਬਾਅਦ ਵਿੱਚ ਠੀਕ ਹੈਗੇ ਨੇ, ਬਚੇ ਨੇ ਉਹਨਾਂ ਜਿੰਨੇ ਵੀ ਅਟੈਕ ਡਿਫਰੈਂਟ ਕਿਸਮ ਹੁੰਦੇ ਨੇ, ਜਿਸ ਤਰ੍ਹਾਂ ਡੈਂਗੀ ਹੈਗਾ, ਕਰੋਨਾ ਆ ਗਿਆ, ਦੂਸਰੇ ਕੈਂਸਰ ਦੇ ਵਾਇਰਸ, ਦਮੇ ਦੇ ਵਾਇਰਸ ਆ ਗਏ ਨੇ, ਟੀਵੀ ਦੇ ਆ ਗਏ ਨੇ, ਉਹ ਸਾਰੇ ਬੰਦੇ ਨੂੰ, ਕਮਜ਼ੋਰ ਬੰਦੇ ਨੂੰ ਹੀ ਅਟੈਕ ਕਰਦੇ, ਸਹੀ, ਜਿਹਦੇ ਅੰਦਰ ਕੁਵਤ ਮੁਦਾਫਤ ਹੁੰਦੀ ਹੈ ਉਹ ਬਚ ਜਾਂਦਾ, ਮਤਲਬ ਜਿਹਦੇ ਅੰਦਰ ਨਹੀਂ ਹੁੰਦੀ ਉਹ ਲਗਾਇਆ। ਤੇ ਇਹਦਾ ਇੱਕ ਜਿਵੇਂ ਹਰ ਸਪੋਰਟਸ ਹੁੰਦੀ ਹੈ ਪੂਰਾ ਬੈਨੀਫਿਟ ਐਜੂਕੇਸ਼ਨ ਦਾ ਵੀ ਹੁੰਦਾ, ਬਹੁਤ, ਜਿਵੇਂ ਮਤਲਬ ਕਿ ਅਗਰ ਕੋਈ ਅੱਛਾ ਬਾਡੀ ਬਿਲਡਰ ਹੈ ਤਾਂ ਪੂਰੀ ਐਜੂਕੇਸ਼ਨ ਫ੍ਰੀ ਹੋ ਜਾਂਦੀ ਹੈ ਉਹਨੂੰ, ਇਹ ਵੀ ਤਾਂ ਇੱਕ ਬੜਾ ਵੱਡਾ ਬੈਨੀਫਿਟ ਹੈ। ਹਾਂਜੀ, ਕਿਉਂ ਕਿ ਮਤਲਬ ਕਿ ਅਗਰ ਉਹ ਕਿਸੇ ਕਾਲਜ ਯੂਨੀਵਰਸਿਟੀ ਜਾਂਦਾ ਹੋਵੇ, ਪਾਕਿਸਤਾਨ 'ਚ ਕੋਈ ਰੁਝਾਨ ਨਹੀਂ ਹੈਗਾ, ਪਾਕਿਸਤਾਨ ਦੇ ਨਾ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ ਅਤੇ ਨਾ ਕੋਈ ਪਿੱਛੇ, ਮੈਂ ਹੁਣ ਨੈਸ਼ਨਲ ਚੈਂਪੀਅਨ ਹਾਂ, ਨੈਸ਼ਨਲ ਚੈਂਪੀਅਨ ਹੋਣ ਤੋਂ ਬਾਅਦ ਜਾ ਕੇ ਫਿਰ ਮੈਂ ਵਾਰਡਾ ਕਰਦੀ ਹਾਂ। ਸਹੀ, ਅਤੇ ਵਰਨਾ ਬਾਹਰ ਦੇ ਮੁਲਕਾਂ 'ਚ ਅਗਰ ਥੋੜ੍ਹਾ ਜਿਹਾ ਬੰਦਾ ਥੋੜ੍ਹਾ ਜਿਹਾ ਗਰੂਮ ਕਰਦਾ ਤਾਂ ਉਹਨੂੰ ਅਗਲੇ ਕੋਈ ਨਾ ਕੋਈ ਡਿਪਾਰਟਮੈਂਟ ਮਿਲ ਲੈਂਦਾ, ਕੋਈ ਨਾ ਕੋਈ ਸਿਲਸਿਲਾ ਇਹਨਾਂ ਜਿਹਨਾਂ ਨੇ ਹੌਸਲਾ ਅਫਜ਼ਾਈ ਹੁੰਦੀ, ਉਹ ਬੱਚੇ ਅੱਗੇ ਚਲੇ ਜਾਂਦੇ ਨੇ, ਹੋਰ ਉਹਨਾਂ ਨੂੰ ਗੇਮ ਕਰਨ ਦਾ ਮੌਕਾ। ਅਗਰ ਮੈਨੂੰ ਵੀ ਟਾਈਮ ਨਾਲ ਮਿਲਿਆ ਹੁੰਦਾ ਤਾਂ ਮੈਂ ਵੀ ਅੱਜ ਏਸ਼ੀਅਨ ਚੈਂਪੀਅਨ ਹੁੰਦਾ ਜਾਂ ਕਾਮਨ ਵੈਸਾ ਗੋਲਡ ਜ਼ਰੂਰ ਹਾਂ। ਬਹੁਤ ਸ਼ੁਕਰੀਆ ਅਦਾ ਕਰਨਾ, ਤੁਸੀਂ ਬੜਾ ਅੱਛਾ ਇਨਵਾਇਰਮੈਂਟ ਡਿਵੈਲਪ ਕੀਤਾ ਬੱਚਿਆਂ ਵਾਸਤੇ। ਕੋਸ਼ਿਸ਼ ਕਰਿਆ ਜੀ, ਸਾਡੀ ਸ਼ੁਰੂ ਤੋਂ ਖੁਸ਼ੀ ਰਹੀ, ਸਾਡੀ ਜਦੋਂ ਅਸੀਂ ਸ਼ੁਰੂ ਜਿਮ ਸਟਾਰਟ ਕੀਤਾ ਸੀ ਉਦੋਂ ਹੀ ਸਾਡੀ ਜਿਮ ਦੇਣਾ ਬੜੀ ਐਡਵਾਂਸ ਸੀ, ਅੱਲਾ ਸ਼ੁਕਰ ਅੱਜ ਵੀ ਉਹ ਐਡਵਾਂਸ ਹੀ ਹੈ, ਲੇਕਿਨ ਮੇਨ ਚੀਜ਼ ਮਸ਼ੀਨਰੀ ਨਹੀਂ ਹੈਗੀ, ਮੇਨ ਚੀਜ਼ ਕੋਈ ਹੋਰ ਚੀਜ਼ ਨਹੀਂ ਹੈਗੀ, ਸਿਹਤ ਪ੍ਰੋਟੈਕਟਿੰਗ ਵੀਜ਼ ਹੈਗੀ, ਜਿਹੜਾ ਬੰਦਾ ਜਿਸ ਹਾਲਤ ਵੀ ਕਰੇ, ਜਿੱਥੇ ਵੀ ਕਰੇ ਉਹ ਰਸ ਬਿਹਤਰੀ ਹੈ, ਪਰ ਉਹਨੂੰ ਕਰਨੀ ਚਾਹੀਦੀ ਹੈ, ਬਸ ਇਹ ਨਹੀਂ ਕਹਿਣਾ ਇੱਥੇ ਕਰੇ ਜਾਂ ਉੱਥੇ ਕਰੇ, ਗੇਮ ਨੂੰ ਕਰਨੀ ਚਾਹੀਦੀ। ਸਾਡੇ ਨਾਲ ਮੌਜੂਦ ਸਨ ਆਜ਼ਮ ਸਾਹਿਬ, ਇਹਨਾਂ ਨੇ ਕਾਫੀ ਚੀਜ਼ਾਂ ਮੈਡੀਕਲ ਤੌਰ 'ਤੇ ਵੀ ਅਤੇ ਫਿਟ ਫਿਜ਼ੀਕਲੀ ਤੌਰ 'ਤੇ ਵੀ ਸਾਡੇ ਨਾਲ ਸ਼ੇਅਰ ਕੀਤੀਆਂ, ਅਤੇ ਮੇਰੇ ਖਿਆਲ ਨਾਲ ਕਾਫੀ ਚੀਜ਼ਾਂ ਬੱਚਿਆਂ ਨੂੰ ਆਉਣ ਵਾਲੇ ਜਿਹੜੇ ਕਿ ਸਟੀਰੋਇਡ ਤੋਂ ਦੂਰ ਰਹਿਣ ਜਾਂ ਹੋਰ ਕਾਫੀ ਐਸੀਆਂ ਚੀਜ਼ਾਂ ਜਿਹਨਾਂ ਨੂੰ ਦੱਸਿਆ, ਤਾਂ ਮੇਰਾ ਅਸਲ 'ਚ ਇਹ ਵੀਡੀਓਜ਼ ਬਣਾਉਣ ਦਾ ਮੁਤਾਲਿਕ ਖਾਸ ਕਰ ਜਿਮ ਦੇ ਵਾਲੇ ਰਹੇ ਸੀ ਕਿ ਤੁਹਾਨੂੰ ਕਮ ਅਜ਼ ਕਮ ਆਪਣੇ ਘਰਾਂ ਦੇ ਵਿੱਚ ਬੈਠ ਕੇ ਪਤਾ ਲੱਗ ਜਾਏ ਕਿ ਸਾਡੇ ਮੁਰੀਦ 'ਚ ਕਿਹੜਾ ਬੰਦਾ ਜੈਨੀਅਨ ਕੰਮ ਕਰ ਰਿਹਾ ਅਤੇ ਅੱਛੇ ਲੈਵਲ 'ਤੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ, ਤਾਂ ਕਿ ਤੁਹਾਨੂੰ ਪ੍ਰੋਬਲਮ ਨਾ ਹੋਵੇ ਕਿ ਜਿਮ ਮੋਸਟਲੀ ਜਿਮਸ ਦਾ ਇਨਵਾਇਰਮੈਂਟ ਅੱਛਾ ਨਹੀਂ, ਅਤੇ ਇੱਥੇ ਮਾਲਫ ਮੁਰੀਦ 'ਚ ਆਓ, ਇੱਥੇ ਵਿਜ਼ਿਟ ਕਰੋ। ਅਬਦੁੱਲਾ ਆਜ਼ਮ ਸਾਹਿਬ ਸਾਡੇ ਨਾਲ ਮੌਜੂਦ ਨੇ, ਆਜ਼ਮ ਜਿਮ ਦੇ ਇੰਸਟਰਕਟਰ ਵੀ ਨੇ, ਅਤੇ ਥੋੜ੍ਹਾ ਜਿਹਾ ਅਸੀਂ ਇੰਟਰੋਡਕਸ਼ਨ ਕਰਾਉਂਦੇ ਹਾਂ ਇਹਨਾਂ ਨਾਲ ਤੁਹਾਡੇ ਨਾਲ, ਅਤੇ ਅਸਲਾਮ ਵਾਲੇਕੁਮ ਅਬਦੁੱਲਾ ਬਾਈ, ਕੀ ਹਾਲ ਨੇ? ਅੱਛਾ ਅਬਦੁੱਲਾ ਬਾਈ, ਥੋੜ੍ਹਾ ਜਿਹਾ ਆਪਣਾ ਇੰਟਰੋਡਕਸ਼ਨ ਲੋਕਾਂ ਨੂੰ ਕਰਾਓ ਕਿ ਤੁਸੀਂ ਇੱਥੇ ਐਜ਼ ਏ ਕੋਚ ਕੰਮ ਕਰ ਰਹੇ ਹੋ ਕਿੰਨੇ ਅਰਸੇ ਤੋਂ, ਥੋੜ੍ਹਾ ਜਿਹਾ ਆਪਣੀ ਜਿਮ ਦੇ ਵਾਲੇ ਨਾਲ ਵੀ ਦੱਸੋ ਜੀ। ਜਿਮ ਮਾਸ਼ਾਅੱਲਾ ਸਾਡਾ ਸਭ ਤੋਂ ਪੁਰਾਣਾ ਮਰੀਦਕੇ ਦੇ ਵਿੱਚ ਜਿਮ ਹੈ, ਆਜ਼ਮ ਜਿਮ 27-28 ਸਾਲ ਤੋਂ ਹੈ, ਅਤੇ 27-28 ਸਾਲ ਤੋਂ ਅਸੀਂ ਮਰੀਦਕੇ ਦੀ ਆਵਾਮ ਨੂੰ ਬੁਰੀਆਂ ਚੀਜ਼ਾਂ ਤੋਂ, ਨਸ਼ੇ ਤੋਂ, ਦੂਸਰੀਆਂ ਚੀਜ਼ਾਂ ਤੋਂ ਪਾਕ ਕਰਨ ਵਾਸਤੇ ਅਸੀਂ ਇਹ ਫੈਸਲਾ ਕੀਤਾ ਸੀ, ਅਸੀਂ ਇਹ ਕੰਮ ਕਰ ਰਹੇ ਹਾਂ। ਵੈਸੇ ਵੀ ਸਾਡਾ ਪ੍ਰੋਫੈਸ਼ਨਲ ਹੈ, ਸਹੀ, ਮੇਰੇ ਵਾਲਦ ਸਾਹਿਬ ਮੇਰੇ ਉਸਤਾਦ ਨੇ, ਉਹ ਆਪਣਾ ਇੰਟਰਨੈਸ਼ਨਲ ਵੇਟ ਲਿਫਟਰ ਨੇ, ਗੋਲਡ ਮੈਡਲਿਸਟ ਨੇ, ਸਪੈਸ਼ਲਿਸਟ ਨੇ ਹਰ ਲਿਹਾਜ਼ ਨਾਲ ਗੇਮ ਦੇ ਵਿੱਚ, ਅਤੇ ਉਹਨਾਂ ਦੇ ਜ਼ਰੇ ਨਿਗਰਾਨੀ ਅਸੀਂ ਸਾਰਾ ਕੰਮ ਕਰ ਰਹੇ ਹਾਂ। ਸਹੀ, ਇਹ ਲੋਕਾਂ ਨੂੰ ਗਲਤ ਕੰਮਾਂ ਤੋਂ ਬਚਾ ਕੇ ਗੇਮ ਵਾਲੇ ਪਾਸੇ ਲਿਆਇਆ ਜਾਏ, ਜਿੰਨੀ ਯੰਗ ਜਨਰੇਸ਼ਨ ਹੈ ਉਹਨੂੰ ਗਲਤ ਕੰਮਾਂ ਤੋਂ ਹਟਾ ਕੇ ਇੱਧਰ ਲਿਆ ਜਾਏ। ਅਬਦੁੱਲਾ ਬਾਈ, ਥੋੜ੍ਹਾ ਜਿਹਾ ਆਪਣੀ ਜਿਹੜੀ ਤੁਹਾਡੀ ਇੱਥੇ ਟ੍ਰੇਨਿੰਗ ਚੱਲਦੀ ਹੈ ਬੱਚਿਆਂ ਦੇ ਨਾਲ, ਪੂਰੇ ਵਾਲੇ ਨਾਲ ਥੋੜ੍ਹਾ ਜਿਹਾ ਦੱਸਿਓ ਜੇ ਕਿ ਇੱਥੇ ਸਾਰਾ ਜਿਹੜਾ ਵਰਕਆਊਟ ਹੈ ਤੁਸੀਂ ਆਪ ਹੀ ਕਰਵਾ ਰਹੇ ਹੋ? ਮੁਹਤਰਮ ਆਜ਼ਮ ਸਾਹਿਬ ਅਤੇ ਮੈਂ ਖੁਦ ਜ਼ਾਤੇ ਖੁਦ ਅਸੀਂ ਮਤਲਬ ਹਰ ਲੜਕੇ ਨੂੰ ਗੇਮ ਕਰਵਾ ਰਹੇ ਹਾਂ। ਅਬਦੁੱਲਾ ਬਾਈ, ਥੋੜ੍ਹਾ ਜਿਹਾ ਲੇਡੀਜ਼ ਦੇ ਵਾਲੇ ਨਾਲ, ਤੁਹਾਨੂੰ ਪਤਾ ਸਾਡੇ ਮਰੀਦ ਕੀ ਲੇਡੀਜ਼ ਦੇ ਵਾਲੇ ਨਾਲ ਕੋਈ ਐਡਾ ਅੱਛਾ ਜਿਮ ਕੋਈ ਨਹੀਂ ਹੈਗਾ, ਅਤੇ ਲੇਡੀਜ਼ ਨੂੰ ਕਾਫੀ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ, ਪੂਰੇ ਵਾਲੇ ਨਾਲ ਤੁਸੀਂ ਇੱਥੇ ਕੀ ਟਾਈਮਿੰਗ ਉਹਨਾਂ ਦੀ ਰੱਖੀ ਹੈ, ਅਤੇ ਆਇਆ ਕਿ ਤੁਹਾਡੀ ਲੇਡੀਜ਼ ਇੰਸਟਰਕਟਰ ਵੀ ਤੁਹਾਡੇ ਕੋਲ ਇੱਥੇ ਅਵੇਲੇਬਲ? ਉਹ ਅਸੀਂ ਕਾਫੀ ਦੇਰ ਤੋਂ ਕੋਸ਼ਿਸ਼ ਕਰਦੇ ਰਹੇ ਹਾਂ, ਲੇਕਿਨ ਸਾਡੇ ਕੋਲ ਨਹੀਂ, ਇਨਵਾਇਰਮੈਂਟ ਨਹੀਂ ਸੀ ਬਣ ਰਹੀ। ਹੁਣ ਅਸੀਂ ਮਾਸ਼ਾਅੱਲਾ ਜਿਮ ਬਣਾਇਆ ਜਿਸ ਤਰ੍ਹਾਂ ਦਾ ਤੁਸੀਂ ਵੇਖਿਆ ਸਾਰਾ ਜੀ, ਬਿਲਕੁਲ, ਅਸੀਂ ਆਪਣਾ ਲੇਡੀਜ਼ ਦਾ ਸਪੈਸ਼ਲ ਟਾਈਮ ਰੱਖਿਆ ਲੇਡੀਜ਼ ਕੋਚ ਦੇ ਨਾਲ, ਟਾਈਮਿੰਗ ਜਿਹੜਾ ਲੋਕਾਂ ਦਾ 9 ਤੋਂ ਦੁਪਹਿਰ 2 ਵਜੇ ਤੱਕ। ਸਹੀ, ਲੇਡੀਜ਼ ਕੋਚ ਨੇ ਲਾਇਆ, ਉਹ ਸਾਰਿਆਂ ਨੂੰ ਬੜੇ ਅੱਛੇ ਤਰੀਕੇ ਨਾਲ ਗਾਈਡ ਕਰਦਾ, ਅਤੇ ਇਨਸ਼ਾਅੱਲਾ ਬਹੁਤ ਜਲਦ ਅਸੀਂ ਮਿਲਣੇ ਇੱਕ ਨਈ ਵੀਡੀਓ 'ਚ ਤੁਹਾਡੇ ਨਾਲ। ਅੱਲਾ ਹਾਫਿਜ਼।